ਸਨੋਕ ਮੈਲਾਨੋਵਾ ਇਕੋਵੰਕਾ ਇਹ ਵੀਡੀਓ ਘੱਟੋ ਘੱਟ ਹਰ ਸਿੱਖ ਮਾਪੇ ਤਾਂ ਜ਼ਰੂਰ ਵੇਖਣ। ਕਈ ਵਾਰੀ ਮਾਪੇ ਇਹ ਸੋਚਦੇ ਹਨ ਕਿ ਜੇਕਰ ਉਹਨਾਂ ਆਪਣੇ ਬੱਚੇ ਨੂੰ ਜ਼ਿਆਦਾ ਗੁਰਬਾਣੀ ਨਾਲ ਜੋੜਿਆ ਤਾਂ ਕਿਧਰੇ ਉਹਨਾਂ ਦਾ ਬੱਚਾ ਪੜ੍ਹਾਈ ਵਿੱਚ ਪਿੱਛੇ ਨਾ ਰਹਿ ਜਾਵੇ। ਮਿਲੋ ਇਸ ਨਿੱਕੇ ਸਰਦਾਰ ਨੂੰ, 8ਵੀਂ ਕਲਾਸ ਵਿੱਚ ਪੜ੍ਹਨ ਵਾਲੇ ਦਿੱਲੀ ਦੇ ਅਰਸ਼ਦੀਪ ਸਿੰਘ ਨੂੰ। ਪੜ੍ਹਾਈ ਦੇ ਨਾਲ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਮੂੰਹ ਜ਼ੁਬਾਨੀ ਕੰਠ ਹੈ। ਦਿੱਲੀ ਵਿੱਚ ਰਹਿਣ ਅਤੇ ਆਪਣੀ ਕਲਾਸ ਵਿੱਚ ਇਕੱਲਾ ਸਿੱਖ ਸਰਦਾਰ ਬੱਚਾ ਹੋਣ ਦੇ ਬਾਵਜੂਦ ਵੀ ਇਸ ਦੀ ਪੰਜਾਬੀ ਬਾਕਮਾਲ ਹੈ ਤੇ ਗੱਤਕੇ ਨਾਲ ਪਿਆਰ ਰਹਿਣਾ ਹੈ ਕਿ ਇਸ ਦੇ ਨਾਲ ਦੇ ਬੱਚੇ ਗਾਣਿਆਂ ਉੱਤੇ ਡਾਂਸ ਕਰ ਰਹੇ ਹੁੰਦੇ ਹਨ ਤੇ ਅਰਸ਼ਦੀਪ ਸਿੰਘ ਇਕੱਲਾ ਕੀ ਗੱਤਕਾ ਖੇਡ ਰਿਹਾ ਹੁੰਦਾ ਹੈ। ਸਿਰਫ ਸਾਰਾ ਦਿਨ ਉਸ ਤਰ੍ਹਾਂ ਹੀ ਕਰਦਾ ਰਹਿੰਦਾ। ਅੱਛਾ ਜੀ, ਹਾਂਜੀ, ਕਿੱਦਾਂ? ਮਤਲਬ ਕਿ ਜੋ ਵੀ ਗੱਤਕੇ 'ਚ ਸਿੱਖ ਕੇ ਆਏਗਾ ਤੇ ਅਗਲੇ ਦਿਨ ਤੱਕ ਉਹਨੇ ਉਹੀ ਰਿਪੀਟ ਕਰਦੇ ਰਹਿਣਾ, ਚਾਹੇ ਇੱਥੇ ਜਗ੍ਹਾ ਹੋਵੇ ਚਾਹੇ ਨਹੀਂ ਜਗ੍ਹਾ ਮਿਲਦੀ ਹੈ, ਬਸ ਉਸ ਤਰ੍ਹਾਂ ਹੀ ਕਰਦਾ ਰਹਿੰਦਾ। ਸਤਿ ਸ਼੍ਰੀ ਅਕਾਲ ਦੋਸਤੋ, ਮੇਰੇ ਨਾਲ ਇਸ ਵਕਤ ਨਿੱਕਾ ਵੀਰ ਅਰਸ਼ਦੀਪ ਸਿੰਘ ਹੈ। ਸਭ ਤੋਂ ਪਹਿਲਾਂ ਸੁਣਦੇ ਹਾਂ ਅਰਸ਼ਦੀਪ ਸਿੰਘ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਚੀ ਹੋਈ ਬਾਣੀ ਸਲੋਕ ਮਹੱਲਾ ਨੌਵਾਂ, ਤੇ ਫਿਰ ਉਸ ਤੋਂ ਬਾਅਦ ਕਰਾਂਗੇ ਇਹਨਾਂ ਦੀ ਫੈਮਿਲੀ ਯਾਨੀ ਕਿ ਇਹਨਾਂ ਦੇ ਮੰਮੀ ਪਾਪਾ ਦੇ ਨਾਲ ਵੀ ਗੱਲਬਾਤ। ਸਲੋਕ ਮਹੱਲਾ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕੌ ਨਾਨਕ ਹਰ ਭਜਮਨਾ ਜੈ ਬਿਦ ਜਲ ਕੋ ਮੀਨ ਬਿਖਿਆ ਸੋ ਘਾਇ ਰਚਿਓ ਨਿਮਕ ਨਾਇਓ ਦਾਸ ਕੌ ਨਾਨਕ ਭਜਰਮਨਾ ਭਰਿ ਰਜਮ ਕੀ ਫਾਸ ਧਰਨਾ ਪਿਓ ਹੀ ਗਿਓ ਲਿਓ ਤਰਾ ਤਨਜੀਤ ਕੌ ਨਾਨਕ ਭਜਰਮਨਾ ਔਦ ਜਾਤ ਹੈ ਬੀਤ ਬਿਰਧ ਪਿਓ ਸੁ ਜੈ ਨਹੀਂ ਕਾਲ ਪਹੁੰਚਿਓ ਆਨ ਕੌ ਨਾਨਕ ਨਿਰ ਬਾਵਰੇ ਕਿਉਂ ਨ ਪਚੇ ਭਗਵਾਨ ਤੰਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤਿਤ ਉਦਾਰਨ ਪੈਰਨ ਹਰ ਨਾਥ ਕੈ ਨਾਥ ਕੌ ਨਾਨਕ ਤੈ ਜਾਨੀਐ ਸਦਾ ਬਸਤ ਤੁਮ ਸਾਥ ਧਨ ਧਨ ਜੈ ਤੋ ਕੋ ਦਿਓ ਤਾਸੇ ਕੁਨ ਕੀਨ ਕੌ ਨਾਨਕ ਨਿਰ ਬਾਵਰੇ ਆਪਿਓ ਡੋਲਤ ਦੀਨ ਤਨ ਧਨ ਦਮ ਪੈ ਸੁਖ ਦਿਓ ਅਰਜੈ ਨੀ ਕੈ ਧਾਮ ਕੌ ਨਾਨਕ ਸਿਮ ਰੇਮ ਨਾ ਸਿਮਰਤ ਕਾਇ ਨਾ ਰਾਮ ਸਭ ਸੁਖਦਾਤਾ ਰਾਮ ਹੈ ਦੂਸਰ ਨਾਇਨ ਕੋਏ ਕੌ ਨਾਨਕ ਸਿਮ ਰੇਮ ਨਾ ਤੈ ਸਿਮਰਤ ਗਤ ਹੋਏ ਜੈ ਸਿਮਰਤ ਗਤ ਪਾਈਐ ਤੈ ਪਜਰੇਤਾ ਮੀਤ ਕੌ ਨਾਨਕ ਸਿਮ ਰੇਮ ਨਾ ਔਤ ਕੱਢਤ ਹੈ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੈ ਤੇ ਉਪਜੋ ਨਾਨਕਾ ਲੀਨਤਾਏ ਮਹਿਮਾਨ ਕਟ ਕਟ ਮੈਂ ਹਰ ਜੂ ਵਸੇ ਸੰਤਨ ਕਹਿਓ ਪੁਕਾਰ ਕੌ ਨਾਨਕ ਤੈ ਭਜ ਮਨਾ ਪੌਨਿਤ ਉਤਰੈ ਪਾਰ ਸੁਖ ਦੁਖ ਜੈ ਪਰਸੈ ਨਹੀਂ ਲੋਭ ਮੋਹ ਅਭਿਮਾਨ ਕੌ ਨਾਨਕ ਸੁਨ ਰੇਵਨਾ ਪਰ ਨਜਮ ਕਹਿ ਧਾਮ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਅੰਕਾਰ ਹਰ ਜਨ ਹਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏ ਭਗਤ ਭਗਵਾਨ ਜੈ ਪ੍ਰਾਣੀ ਕਹਿ ਨਾਏ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ ਸਵਾਮੀ ਕੋ ਗ੍ਰਹਿ ਜਿਉ ਸਦਾ ਸਵਾਂਤ ਜਿਤਨੇ ਨਿਤ ਨਾਨਕ ਐਬੇ ਦਰ ਭਜੋ ਇੱਕ ਮਨ ਹੋ ਇੱਕ ਚੀਰਤ ਤੀਰਤ ਪਰ ਤਰ ਦਾਨ ਕਰ ਮਨ ਮੈਂ ਧਰੇ ਗੁਮਾਨ ਨਾਨਕ ਨੈ ਫਿਰ ਜਾਤ ਤੈ ਜੋ ਕੁੰਚੈ ਇਸ਼ਨਾਨ ਸਿਰ ਕੰਮ ਪਿਓ ਭਗ ਡਗੋਂਗੇ ਨੈਨ ਜੋਤ ਤੇਈਨ ਕੌਣ ਨਾਨਕ ਐਬਿਦ ਪਈ ਤਾਂ ਨਾਰ ਰਸਲੀਨ ਨਿਜ ਕਰ ਦੇਖੋ ਜਗਤ ਮੈਂ ਕੋ ਕਾਉਂ ਕੋਈ ਨਾ ਏ ਨਾਨਕ ਤੇਰਾ ਭਗਤ ਹੈ ਤੇਰਾ ਖੋ ਮਨ ਮਾਏ ਜਗ ਰਚਨਾ ਚਵ ਝੂਠ ਹੈ ਜਾਣ ਲਿਓ ਰੇ ਮੀਤ ਕੌ ਨਾਨਕ ਤਿਨ ਨਾ ਰਹੇ ਜੋ ਬਾਲੂ ਕੀ ਪੀਤ ਰਾਮ ਗਿਓ ਰਾਵਣ ਗਿਓ ਜਾ ਕੋ ਬੋ ਪਰਿਵਾਰ ਕੌ ਨਾਨਕ ਤਿਰ ਕਚ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤਿਰ ਨਹੀਂ ਕੋਏ ਜੋ ਉਪਜੋ ਸੋ ਪਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਇਲ ਹੈ ਚਾਰ ਸਗਲ ਜੰਜਾਲ ਦੌਰਾ ਬਲ ਛੋਟੇ ਹੋ ਬੰਧਨ ਪਰੈ ਪਛੂ ਨਾ ਹੋ ਤੇ ਉਪਾਏ ਕੌ ਨਾਨਕ ਆਪ ਓਟ ਹਰ ਜੋ ਸਹਾਏ ਬਲੋ ਆ ਬੰਧਨ ਛੁਟੈ ਸਭ ਕਿਛ ਓਤ ਉਪਾਏ ਨਾਨਕ ਸਭ ਕਿਛ ਤੁਮਰਾ ਹਾਥ ਮੈਂ ਤੁਮੀ ਹੋ ਸਹਾਏ ਸੰਗ ਸਖਾ ਸੰਗ ਤਜ ਗਏ ਕਉ ਨਾ ਨਿਭਿਓ ਸਾਥ ਕੌ ਨਾਨਕ ਐ ਬਿਪਤ ਮੈਂ ਏਕ ਏਕ ਰਘੁਨਾਥ ਨਾਮ ਰਿਓ ਸਾਧੂ ਰਿਓ ਰਿਓ ਗੁਰ ਗੋਬਿੰਦ ਕੌ ਨਾਨਕ ਹੈ ਜਗਤ ਮੈਂ ਕਿੰ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਿਓ ਜਾ ਕੈ ਸਮਨੀ ਕੋਏ ਜੈ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ ਰਾਮ ਨਾਮ ਉਰ ਮੈਂ ਗਿਓ ਜਾ ਕੈ ਸਮਨੀ ਕੋਏ ਜੈ ਸਿਮਰਤ ਸੰਕਟ ਮਿਟੈ ਦਰਸ ਤੁਹਾਰ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ ਕੀ ਹੈ ਵੀਰ ਜੀ? ਹਰਸ਼ਪ੍ਰੀਤ ਸਿੰਘ। ਹਰਸ਼ਪ੍ਰੀਤ ਸਿੰਘ, ਕਿਹੜੀ ਕਲਾਸ 'ਚ ਪੜ੍ਹਦੇ ਹੋ ਤੁਸੀਂ? 8th। 8th ਵਿੱਚ ਪੜ੍ਹਦੇ ਹੋ, ਕਿੰਨੀ ਉਮਰ ਹੈ ਤੁਹਾਡੀ? 13 ਸਾਲ। 13 ਸਾਲ ਉਮਰ ਹੈ। ਹੁਣੇ ਤੁਸੀਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸਲੋਕ ਮਹੱਲਾ ਨੌਵਾਂ ਦੇ ਵਿੱਚੋਂ ਸਾਨੂੰ ਬਾਣੀ ਸਰਵਣ ਕਰਵਾਈ ਹੈ। ਇਹ ਬਾਣੀ
आम तौर के उत्ते सिखां नूं याद नहीं हुंदी ना, ते बड़ी वैरागमी बाणी है। तुसीं किदां चेते कीता, किहने करवाया, कित्थे पढ़ी, ते किदां तुहानूं इह चेतक लगी तुसीं इन्नी बाणी याद कीती? हां, मैनूं मेरे भैण भरा हैगा दिल्ली च, उन्हां ने ओह डेली करदे सी, ते ना मैं उन्हां दी बाणी सुन सुन के याद कीती। अच्छा जी, तुसीं कित्थे रहिंदे हो? दिल्ली। दिल्ली रहिंदे हो, किहड़े स्कूल च पढ़दे हो? दादर्श स्कूल। केड़ा? दा आदर्श। दा आदर्श स्कूल। ए तुसी थोनू चंगी लगदी बाणी इह? हां जी। कौन थोड़ा भैण भरा है थोड़े नाल जिहड़े करदे आ थोड़े नाल? किथे ने ओ? दिल्ली हैगे ने। अच्छा, दिल्ली हैगे आ। उत्थे जिहड़े थोड़ी थोड़ी क्लास दे होर बच्चे आ, ओह भी इदां करदे आ? नहीं, मेरी क्लास च सिख बच्चा नहीं और कोई। कोई सिख बच्चा नहीं आ? थोड़ी दस्तार तुसी आप बन्नी है? दस्तार आप ही बन्नी है? दस्तार स्कूल च भी दस्तार बन के जाते हो, उदे पटका बन के जाते हो? तो खालसा तो कहते वैसे ही 1.25 लाख के बराबर होंगे कला ही है। किन्ने बच्चे थोड़ी क्लास च? मेरी क्लास च 34। 34 बच्चे हैं जी, कला ही सिख बच्चा। फेमस सरदार। फेमस सरदार, फेमस सरदार क्लास च सारी मैडम कहती है फेमस सरदार जी है। अच्छा, इधर ना आओ, तुम फादर साहब इधर आ जाओ, माइक उत्थे लग्या होया ना। ते की कहंदे इहनूं स्कूल च? फेमस सरदार कहंदे आ जी। फेमस सरदार? हां जी। अच्छा जी, इहदी आईडी भी बनी हुई है। अच्छा जी, किस नाम तों? इंस्टाग्राम ते, फेमस सरदार दे नाम ते। अच्छा जी, 8th क्लास अंदर 3 सेक्शन है, तीनों सेक्शन अंदर इक्को ही सरदार है। अच्छा जी, कल्ले ही गजदा है? हां। क्या बात है, क्या बात है। मैं अपनी गल भी करा, सानू भी नहीं याद होने। श्लोक महला नौवां और बड़ी बाकमाल बाणी गुरु तेग बहादुर जी महाराज जी, जदों भी पढ़ते हैं तो मन बैरागमी हो जाता और यहोजा वो जिक्र आता है भी बल छुटक्यो बंधन परे, कछु ना हो तू पाए, कहो नानक अब ओट हर गजो सहाय ना। तो गज की तरह फिर परमात्मा सहाय हों भी है जो ओते भरोसा रखिए। गत्ते खिडारी है जी। अच्छा जी, हाँ जी, क्या बात है जी, पूरी चढ़ती कला पूरी सीख रहे हैं, तबला सीख रहे हैं। अच्छा जी, हाँ जी, गत्ता भी सीख रहे हैं और तबला भी सीख रहे हैं। भाई साहब, जिदा कई मापे है ना अजकल, वो ये कहते कि तुसी पढ़ो 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 बस, है ना। जो हम कई कॉम्पीटिशन होंगे हैं बई, हूँ नचण गाण के कॉम्पीटिशन होंगे है ना, तो तुसी जिस तरीके बच्चा सीख रहा है तबला सीख रहा है ना, कदे मन च थोनू यही नहीं लगता है जिदा होर मापे सोचते हैं? नहीं जी, नहीं जी, असं सिक्खी अंदर अपना जीवन बतीत किया है, असं चाहते हैं साडा बच्चा भी साड़ी सिक्खी अंदर रहे। बाहर के शोर शराबे या नचण गाण वाले असं नहीं समझते, सही नहीं समझते। बिल्कुल, असं अपने कल्चर अंदर अपनी सिक्खी अंदर ढालना चाहते हैं अपने बच्चों को। ठीक है जी, होर की शौक ने तुहाडे? लोग बच्चे जोड़े है वीडियो गेम बड़ी खेलते, वीडियो गेम खेलता जी अर्शदीप? घट खेलता है, खेलता ज़्यादा खेलता जो नहीं खेलता। अच्छा जी, जिद भी करता है घर? हाँ, जिद भी करता है, बिल्कुल करता। अच्छा जी, कई जिद करता है? गत्के गत्का क्लास नहीं छोड़ता अपनी है। अच्छा जी, ऐसे ही कहोंगे पढ़ लै पेपर के टाइम तो भी अज ना जा, नहीं कहता मैं पढ़ाई छोड़ दूंगा लेकिन गत्का नहीं छोड़ूंगा। अच्छा जी, मैं एक घंटा जरूर जाना ही जाना है मैं। अच्छा जी, गत्का खेलना ही खेलना। अर्शदीप तुहानू होर साइकिल चलाने का शौक है? अच्छा जी, साइकलिंग का? हाँ जी, साइकलिंग का। अच्छा जी, अर्शदीप की लगता भी तुम पेपर के टाइम भी गत्का नहीं छड़ते है? हाँ जी, बहुत बहुत चंगा लगता गत्का खेलना। वड्डी तो वड्डी कृपान पाने का शौक है। अच्छा जी, हाँ, भी आया कहता मैं तो कृपान लैके जावगा। अच्छा जी, टाइमिंग कितना करते फिर? पढ़ाई भी करनी, गत्का भी सीखना, तबला भी सीखना है, फिर यदी टाइमिंग टाइम मैनेजमेंट कितना करते हो? ये पहले स्कूल जाता है, स्कूल तो आके ट्यूशन जाता है, ट्यूशन तो आके फिर अपने पाठ रहा सा तो पाठ करके फिर गत्के टाइम क्लास के लिए टाइम कटता, 8:30 बजे घर आता है, फिर जे थोड़ा जि टाइम मिलता है फिर गत्के की अपनी क्लास करता थोड़ी जी। अच्छा, प्रैक्टिस करता दिन च, हफ्ते च 2 बारी क्लास होती है जी। अच्छा, गुरुद्वारा साहब के अंदर। अच्छा जी, तो फिर घर आके तुम दस रहे हो भी फिर जो सारा वेला हो जाता रात को फिर अपनी घर प्रैक्टिस करता है? तबले की करता है जी। अच्छा जी, कई उधर ही होती है गुरुद्वारा साहब चाहती है। अच्छा जी, तबले की प्रैक्टिस घर करता है? मैंने पगड़ी का बहुत शौक है जी। पग नूं कितना टाइम लगता है? आधा घंटा। किने सिखाई पग बननी? खुद सीखी। खुद सीखी है? यूट्यूब से भी सीखी है। अच्छा जी, ते केसां दी कितना नीचे पटका बांधदे हो? दस्तार बंदा। दस्तार बननी है नीचे। अच्छा जी, फिर उस तो बाद फिर पग पग किन्ने किन्ने मीटर की पग बननी है? 6 मीटर की। अच्छा, मैनू ये दसो भी दिल्ली च ना माहौल जिहड़ा हैगा थोड़ा हिंदी बोलते सारे है ना ज़्यादातर बच्चे, तो पंजाबी का ये जिहड़ा टच हैगा किदां रख्या होया फिर? पंजाबी पहले पंजाबी स्कूल च पढ़ता सी। अच्छा जी, हाँ जी, 5th क्लास तक पंजाबी पढ़िया। अच्छा जी, उस तो बाद स्कूल चेंज हो गया सी,
अच्छा जी, पंजाबी मीडियम च? हां जी पंजाबी मीडियम च, गुरु नानक पब्लिक स्कूल च पढ़या दिल्ली। दिल्ली? अच्छा, उसे मीडियम पंजाबी है? हां जी, मतलब पंजाबी नहीं और भी सब्जेक्ट है ने। अच्छा, लेकिन गुरु नानक पब्लिक स्कूल च पंजाबी का सब्जेक्ट ना लगा। अच्छा, शुरू तो स्टार्टिंग तो ना लगा, स्टार्टिंग तो है पंजाबी क्लास तक पंजाबी तक कोई लगी थी। अच्छा जी, क्लास में चेंज हुई तो फिर उस सब्जेक्ट नहीं है। अच्छा जी, उधर हिंदी संस्कृत है। अच्छा अच्छा, इस करके नु असि भी कारण नु पंजाबी च गल करीदा ज्यादातर। अच्छा, जेडे बोलदे आ के पंजाबी च गल करया करो। अच्छा, जेडे स्कूल च तुसी हुण पाया उथे पंजाबी? पंजाबी नहीं है उथे, पंजाबी सब्जेक्ट नहीं है। सब्जेक्ट ही नहीं है? नहीं है। अच्छा, ते फिर इस करके तुसी पहला पंजाबी बच्चे नु पढ़ाण दे लई पहला दूजे पंजाबी ही रहया, असि घर भी पंजाबी च ही गल करदे आ। अच्छा जी, ते पहला बच्चे नु पंजाबी पढ़ाण दे लई पहला तुसी दूसरे स्कूल च पा के रखया? नहीं, पहले स्कूल ही होई सी, ਉਹ ਛੋਟੀ ਕਲਾਸ 5th ਤੱਕ ਸੀਗਾ, ਫਿਰ ਅਸੀਂ ਚੇਂਜ ਕਰਤਾ ਨਾ ਸਕੂਲ। ਅੱਛਾ ਜੀ, ਇਹਨਾਂ ਦੇ ਵੱਡੇ ਸਕੂਲ 'ਚ ਐਡਮਿਸ਼ਨ ਕਰਾਤਾ 12th ਤੱਕ। ਹੁਣ ਪੰਜਾਬੀ ਤਾਂ ਘਰ ਚੱਲਦੀ ਹੈ, ਇਹਨੂੰ ਆਉਂਦੀ ਹੈ, ਗੱਲ ਵੀ ਅਸੀਂ ਪੰਜਾਬੀ ਅੰਦਰ ਕਰਦੇ ਹਾਂ। ਲਿਖਣੀ ਲਿਖਣੀ ਵੀ ਪ੍ਰੋਬਲਮ ਨਹੀਂ ਆਇਆ, ਪੜ੍ਹ ਲੈਂਦਾ, ਲਿਖਣੇ ਵੀ ਪਾਠ ਵੀ ਕਰ ਲੈਂਦਾ, ਲਿਖ ਵੀ ਲੈਂਦਾ। ਅੱਛਾ ਜੀ, ਗੁਰਦਾ ਸਾਹਿਬ ਤੋਂ ਪੰਜਾਬੀ ਦਾ ਪਾਠ ਸਾਰਾ ਕਰ ਲੈਂਦਾ। ਅਸੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਇਸ ਕਰਕੇ ਇਹਨੂੰ ਸੁਣਾਈ ਕਿਉਂਕਿ ਸਾਡਾ ਹਰ ਹਫ਼ਤੇ ਰਕਾਬਗੰਜ ਸਾਹਿਬ ਜਾਣਾ, ਸੇਵਾ ਕਰਨ ਜਾਈਦਾ ਉੱਥੇ। ਅੱਛਾ ਜੀ, ਅਸੀਂ ਮੇਰਾ 5 ਵਜੇ ਸਵੇਰੇ ਚਲਾ ਜਾਂਦਾ ਰਕਾਬਗੰਜ ਸਾਹਿਬ, ਅਤੇ ਉੱਥੇ 5 ਘੰਟੇ ਬਤੀਤ ਕਰਕੇ ਆਉਂਦਾ ਲੰਗਰ ਦੀ ਸੇਵਾ ਕਰਕੇ। ਅੱਛਾ ਜੀ, ਅਤੇ ਅਸੀਂ ਇਹਨੂੰ ਫਿਰ ਬਿਰਾਗਮਈ ਬਾਣੀ ਸਿਖਾਈ ਕਿ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪੜ੍ਹੋ, ਉਹਨੂੰ ਯਾਦ ਕਰੋ। ਅੱਛਾ ਜੀ, ਇਹਨੇ ਅਬੈਕਸ ਵੀ ਕੀਤਾ ਹੋਇਆ ਜੀ, 3 ਸਾਲ ਦਾ ਪੂਰਾ ਕੋਰਸ, 4 ਸਾਲ ਦਾ ਪੂਰਾ ਕੀਤਾ ਜੀ। ਅੱਛਾ ਜੀ, ਉਹ ਕੀ ਹੁੰਦਾ? ਉਹ ਇੱਕ ਮੈਥਮੈਟਿਕ ਹੁੰਦਾ ਹੈ ਜੋ ਕਿ ਉਂਗਲੀਆਂ 'ਤੇ ਦੱਸਿਆ ਜਾਂਦਾ। ਅੱਛਾ ਜੀ, ਉਂਗਲੀਆਂ 'ਤੇ ਤੁਹਾਨੂੰ ਇਹ ਪੂਰਾ ਕੁਝ ਦੱਸ ਦੇਗਾ, ਜਮਾ ਘਟਾ ਮਾਈਨਸ ਪਲੱਸ ਜੋ ਮਰਜ਼ੀ ਪੁੱਛ ਸਕਦੇ ਤੁਸੀਂ। ਅੱਛਾ ਜੀ, ਅਤੇ ਅਸੀਂ ਜਪਜੀ ਸਾਹਿਬ ਦਾ ਪਾਠ ਵੀ ਇਹਨੂੰ ਸਵੇਰੇ ਕਰਾਈਦਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਕਰਾਈਦਾ, ਅਤੇ ਟਾਈਮ ਜਿੰਨਾ ਵੱਧ ਤੋਂ ਵੱਧ ਮਿਲੇ ਅਤੇ ਅਸੀਂ ਪਾਣੀ ਪੜਾਈਦਾ, ਫਿਰ ਗੱਤਕੇ 'ਚ ਚਲਾ ਗਏ। ਹੁਣ ਤਾਂ ਇਸੇ ਕਰਕੇ ਇਹਨਾਂ ਨੂੰ ਲੈ ਕੇ ਆਏ ਹਾਂ, ਫਿਰ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕੀ। ਅੱਛਾ, ਤੁਸੀਂ ਦਿੱਲੀ ਤੋਂ ਆਏ ਹੋ? ਦਿੱਲੀ ਤੋਂ ਆਏ ਹਾਂ ਸਪੈਸ਼ਲ ਨਤਮਸਤਕ ਹੋਣ ਲਈ। ਨਤਮਸਤਕ ਹੋਣ ਲਈ, ਇਹਨਾਂ ਦੀ ਨਾਨੀ ਦਾ ਘਰ ਵੀ ਇੱਥੇ ਹੀ ਹੈ ਜੀ। ਅੱਛਾ ਜੀ, ਸੋ ਇਹ ਵੀ ਕਿੰਨੀ ਖੂਬਸੂਰਤ ਗੱਲ ਹੈ ਵੀ ਜਿਸ ਧਰਤੀ ਦੇ ਉੱਤੇ ਦਾਦੇ ਦਾ ਖੂਨ ਡੋਲਿਆ ਉਸ ਧਰਤੀ ਤੋਂ ਇਹ ਆਏ ਨੇ, ਯਾਨੀ ਕਿ ਦਿੱਲੀ ਤੋਂ ਆਏ ਨੇ ਜਿੱਥੇ ਪੋਤਰਿਆਂ ਨੇ ਆਪਣਾ ਖੂਨ ਡੋਲਿਆ। ਕਿੰਨੀ ਖੂਬਸੂਰਤ ਗੱਲ ਹੈ ਇਹ, ਹੈ ਨਾ? ਅਤੇ ਸੋ ਸਾਡੇ ਵੱਲੋਂ ਬਹੁਤ ਬਹੁਤ ਦੁਆਵਾਂ ਅਤੇ ਅਰਦਾਸ। ਵਾਹਿਗੁਰੂ 'ਚ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਇਹੋ ਜਿਹੇ ਜਿਹੜੇ ਸਾਡੇ ਨੌਜਵਾਨ ਨੇ ਬੱਚੇ, ਉਹਨਾਂ ਨੂੰ ਰੱਖੇ, ਕਿਉਂਕਿ ਕੌਮ ਨੂੰ ਬੜੀ ਜ਼ਰੂਰਤ ਹੈ ਇਹਨਾਂ ਦੀ, ਕਿਉਂਕਿ ਕਈ ਵਾਰੀ ਪੜ੍ਹ ਕੇ ਨਹੀਂ ਸਿੱਖਿਆ ਜਾਂਦਾ, ਫਿਲਮਾਂ ਤੋਂ ਨਹੀਂ ਸਿੱਖਿਆ ਜਾਂਦਾ। ਜਦੋਂ ਇਹੋ ਜਿਹੇ ਜਵਾਨੀ ਸਾਡੇ ਸਾਹਮਣੇ ਹੋ ਗਿਆ, ਇਹੋ ਜਿਹੀ ਸ਼ਖਸੀਅਤ ਕਦੀ ਵੀ ਪਿਕਚਰ ਨੂੰ ਸਿਨੇਮਾ ਹਾਲ ਨਹੀਂ ਲੈ ਕੇ ਗਏ ਜੀ। ਅੱਛਾ ਜੀ, ਲੈ ਕੇ ਗਏ ਆ ਅਤੇ ਸਾਹਿਬਜ਼ਾਦਿਆਂ ਦੀ ਫਿਲਮ ਦਿਖਾਈ ਹੈ ਇਹਨਾਂ ਨੂੰ, ਜਾਂ ਹੋਰ ਕੋਈ ਕੰਪੀਟੀਸ਼ਨ ਜਿਹੜੇ ਗੁਰਸਿੱਖੀ ਨਾਲ ਅਟੈਚ ਹੈਗੇ ਨੇ। ਅੱਛਾ ਜੀ, ਫਾਲਤੂ ਅਸੀਂ ਕੋਈ ਇਹਨਾਂ ਨੂੰ ਫਿਲਮ ਨਹੀਂ ਦਿਖਾਉਣ ਲੈ ਕੇ ਜਾਂਦੇ। ਅੱਛਾ ਜੀ, ਅਗਰ ਜਾਂਦੇ ਨੇ ਤਾਂ ਸਾਡੇ ਨਾਲ ਹੀ ਪਾਰਕ ਵਗੈਰਾ ਚਲੇ ਜਾਂਦੇ ਨੇ, ਔਰ ਅਸੀਂ ਸਿਨੇਮਾ ਹਾਲ ਜਾਂ ਹੋਰ ਕੋਈ ਪ੍ਰੋਗਰਾਮ ਨਹੀਂ ਅਟੈਂਡ ਕਰਦੇ, ਨੱਚਣ ਗਾਉਣ ਵਾਲੇ ਅਸੀਂ ਪ੍ਰੋਗਰਾਮ ਨਹੀਂ ਅਟੈਂਡ ਕਰਦੇ। ਸੋ ਅਰਸ਼ਦੀਪ ਸਿੰਘ ਦੇ ਮਾਤਾ ਜੀ ਉਹ ਵੀ ਆ ਗਏ ਨੇ ਸਾਡੇ ਨਾਲ, ਅਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਸਿੱਖਿਆ ਦਿੱਤੀ ਹੋਈ ਹੈ, ਬੜੀ ਬਾਕਮਾਲ ਹੈ, ਤੁਹਾਨੂੰ ਸਿੱਜਦਾ, ਅਤੇ ਪਰਵਰਿਸ਼ ਕਿੱਦਾਂ ਕਰਦੇ ਹੋ ਉਹਨਾਂ ਮਾਵਾਂ ਨੂੰ? ਇੱਕ ਥੋੜ੍ਹਾ ਜਿਹਾ ਛੋਟਾ ਜਿਹਾ ਸੰਦੇਸ਼, ਕਈ ਵਾਰੀ ਮੈਂ ਪਹਿਲਾਂ ਵੀ ਕਿਹਾ ਕਈ ਵਾਰੀ ਵੀਡੀਓਜ਼ ਦੇ ਵਿੱਚ ਕਿ ਅੱਜ ਕੱਲ੍ਹ ਕਹਿੰਦੇ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ, ਬੱਚੇ ਮੋਬਾਈਲ ਮਾਵਾਂ ਆਪੇ ਦੇ ਦਿੰਦੀਆਂ, ਹੈ ਨਾ ਬੱਚਿਆਂ ਨੂੰ, ਤੁਸੀਂ ਕਿੱਦਾਂ ਕਰਦੇ ਹੋ ਟਾਈਮ? ਨਹੀਂ, ਮੈਂ ਤਾਂ ਮੋਬਾਈਲ ਦੇ ਬਹੁਤ ਸਖਤ ਖਿਲਾਫ ਹਾਂ। ਹਾਂਜੀ, ਮੈਂ ਬਹੁਤ ਜ਼ਿਆਦਾ ਇਹਨੂੰ ਕਹਿੰਦੀ ਹੈ ਕਿ ਨਹੀਂ ਤੂੰ ਮੋਬਾਈਲ ਨਹੀਂ ਲੈਣਾ, ਮੇਰੀ ਲੜਾਈ ਹੋ ਜਾਂਦੀ ਇਸ ਪਿੱਛੇ ਦੇ ਨਾਲ। ਅੱਛਾ ਜੀ, ਬਹੁਤ ਜ਼ਿਆਦਾ। ਅੱਛਾ ਜੀ, ਚਲੋ, ਤੁਹਾਡੀ ਸਮਾਈਲ ਦੋਨਾਂ ਦੀ ਇੱਕੋ ਜਿਹੀ ਹੈ। ਅੱਛਾ, ਹੋਰ ਸ਼ਿਕਸ਼ਾ ਇੰਨੀ, ਜਿਹੜਾ ਇਹ ਗੁਰਬਾਣੀ ਕੰਠ ਹੈ ਇਹਨਾਂ ਨੂੰ, ਇਹ ਕਿੱਦਾਂ? ਇਹ ਇਸ ਤਰ੍ਹਾਂ ਹੈ ਕਿ ਇਹਨਾਂ ਨੂੰ ਅਸੀਂ ਗੁਰਮੁਖ ਨਾਲ ਇਸ ਤਰ੍ਹਾਂ ਜੋੜਿਆ ਹੋਇਆ ਕਿ ਮੇਰਾ ਸਿਰਫ ਗੁਰਦੁਆਰੇ ਨਾਲ ਹੀ ਜਾਣਾ ਆਉਣਾ ਰਹਿੰਦਾ, ਮੈਂ ਕਿਤੇ ਹੋਰ ਜ਼ਿਆਦਾ ਫਾਲਤੂ ਜਾਂਦੀ ਨਹੀਂ ਹਾਂ ਕਿਤੇ ਵੀ। ਬਾਕੀ ਅਸੀਂ ਇਹਨੂੰ ਗੁਰਮਤ ਕਲਾਸਾਂ ਵੀ ਅਟੈਂਡ ਕਰਾਉਂਦੇ ਹਾਂ ਬਹੁਤ ਜ਼ਿਆਦਾ, ਕਿ ਕਿੱਥੇ ਵੀ ਕੰਪੀਟੀਸ਼ਨ ਹੁੰਦਾ ਮੈਂ ਉੱਥੇ ਲੈ ਕੇ ਜਾਂਦੀ ਹਾਂ ਇਹਨਾਂ ਨੂੰ। ਅੱਛਾ ਜੀ, ਹਾਂਜੀ। ਬਾਕੀ ਤੁਸੀਂ ਤੁਸੀਂ ਆਪ ਵੀ ਪੜ੍ਹਦੇ ਹੋਣੇ ਘਰੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਹੋਰ ਗੁਰੂ ਸਾਹਿਬਾਨਾਂ ਦੀ ਬਾਣੀ? ਹਾਂਜੀ, ਉਸ ਤਰ੍ਹਾਂ ਦੇ ਪਾਠ ਵਗੈਰਾ ਸਭ ਕੁਛ ਬੱਚਿਆਂ ਨੂੰ ਕਰਵਾਉਂਦੇ ਹਾਂ ਅਸੀਂ। ਅੱਛਾ ਜੀ, ਹਾਂਜੀ। ਅਤੇ ਉਹ ਕਿਉਂਕਿ ਜੋ ਮਾਂ ਕਰਦੀ ਹੈ ਬੱਚਾ, ਉਹ ਉੱਦਾਂ ਦੇਖ ਦੇਖ ਕੇ ਮਾਂ ਨੂੰ ਸਿੱਖਦਾ ਹੈ ਨਾ। ਹਾਂਜੀ, ਹੈ ਨਾ। ਛੋਟੇ ਹੁੰਦੇ, ਨਿੱਕੇ ਹੁੰਦੇ ਵੀ ਤੁਸੀਂ ਉੱਦਾਂ ਹੀ ਕਰਦੇ ਸੀ? ਜਦੋਂ ਬਹੁਤ ਛੋਟਾ ਸੀਗਾ ਮੇਰੇ ਖਿਆਲ ਨਾਲ, ਇਸ ਸਮਰਦੀਪ ਨੂੰ ਦਿਖਾ ਦਈਏ, ਸਮਰਦੀਪ ਵੀ ਇੱਥੇ ਮੌਜੂਦ ਹੈ ਮੇਰੇ ਖਿਆਲ ਨਾਲ, ਜਦੋਂ ਸਮਰਦੀਪ ਦੀ ਉਮਰ ਦਾ ਹੋਣਾ ਤੁਸੀਂ ਉਦੋਂ ਤੋਂ ਹੀ ਲੱਗ ਗਏ ਹੋਣੇ, ਜਿਸ ਤਰੀਕੇ ਨਾਲ ਬਾਣੀ ਵਗੈਰਾ ਸਾਰਾ ਕੁਛ ਕੰਠ ਹੈ। ਹਾਂਜੀ ਬਿਲਕੁਲ, ਉਸ ਤਰ੍ਹਾਂ ਹੀ ਚੱਲ ਰਿਹਾ ਸੀ ਸਾਡਾ, ਗੁਰਦੁਆਰੇ ਨਾਲ ਹੀ ਜੁੜਿਆ ਹੋਇਆ ਸੀ ਅਸੀਂ ਬਿਲਕੁਲ, ਮਤਲਬ ਕਿ ਉਸ ਤਰ੍ਹਾਂ ਹੀ ਪਾਠ ਵਗੈਰਾ ਬਸ ਬੱਚਿਆਂ ਨਾਲ ਕਰਵਾਉਣਾ, ਸਭ ਕੁਛ ਉਸ ਤਰ੍ਹਾਂ ਹੀ ਕਰਦੇ ਸੀ ਬੱਚੇ। ਭੈਣ ਜੀ, ਅੱਜ ਕੱਲ੍ਹ ਨਾ ਇੱਕ ਮਾਹੌਲ ਹੈ, ਬੱਚੇ ਜਦੋਂ ਘਰਾਂ ਦੇ ਵਿੱਚ ਨੱਚਦੇ ਹੁੰਦੇ ਆ ਨਾ, ਮਾਪੇ ਉਹਨਾਂ ਦੀ ਵੀਡੀਓ ਬਣਾ ਦਿੰਦੇ ਆ, ਅਤੇ ਵੀਡੀਓ ਨੂੰ ਨਾ ਨੈੱਟ ਦੇ ਉੱਤੇ ਚਾੜ ਦਿੰਦੇ ਆ, ਅਤੇ ਬੜੇ ਜਦੋਂ ਵਿਊ ਆਉਂਦੇ ਆ ਨਾ, ਅਤੇ ਬੜੇ ਖੁਸ਼ ਹੁੰਦੇ ਆ, ਬੜਾ ਮਾਣ ਹੁੰਦਾ ਬੱਚਿਆਂ ਨੂੰ। ਅਤੇ ਤੁਹਾਡਾ ਉਲਟਾ ਹੈ ਬਿਲਕੁਲ, ਤੁਸੀਂ ਆਪਣੇ ਬੱਚੇ ਨੂੰ ਗੁਰਬਾਣੀ ਕੰਠ ਕਰਵਾਈ ਹੈ,
ਤੇ ਗੁਰਬਾਣੀ ਇਹਦੀ ਵੀਡੀਓਸ ਵੀ ਪਾਉਂਦੇ ਹੋ ਗੁਰਬਾਣੀ ਦੀ ਆ ਹੋਰ ਇਸ ਤਰ੍ਹਾਂ ਗੱਤਕਾ ਖੇਡਦੇ ਆ ਹਾਂਜੀ ਤੁਹਾਨੂੰ ਉਹਦੇ ਉੱਤੇ ਮਾਣ ਹੁੰਦਾ ਹਾਂਜੀ ਤੁਹਾਨੂੰ ਮੈਂ ਖੁਦ ਗੱਤਕਾ ਸਿੱਖ ਰੱਖਿਆ ਜੀ ਅੱਛਾ ਜੀ 4-5 ਸਾਲ ਪਹਿਲੇ ਮੈਂ ਗੱਤਕਾ ਹੀ ਸਿੱਖ ਕੇ ਔਰ ਛੋੜ ਦਿੱਤਾ ਅੱਛਾ ਜੀ ਸਾਡੇ ਕੋਲ ਟਾਈਮ ਨਹੀਂ ਹੁੰਦਾ ਨਹੀਂ ਪਰ ਗੱਤਕਾ ਤੁਸੀਂ ਸਿਖਲਾਈ ਛੋੜੀ ਹੋਣੀ ਗੱਤਕਾ ਤਾਂ ਆਉਂਦਾ ਹੋਣਾ ਗੱਤਕਾ ਬਿਲਕੁਲ ਆਉਂਦਾ ਜੀ ਸਾਰਾ ਗੱਤਕਾ ਆਉਂਦਾ ਜੀ ਭਾਈ ਤੁਸੀਂ ਕਹਿੰਦੇ ਗੱਤਕਾ ਛੋੜ ਦਿੱਤਾ ਨਹੀਂ ਮਤਲਬ ਖੇਡਣਾ ਵੀ ਛੋੜ ਦਿੱਤਾ ਟਾਈਮ ਨਹੀਂ ਮਿਲਦਾ ਨਾ ਹਾਂ ਤੇ ਨਗਰ ਕੀਰਤਨ ਦੇ 5 ਪਿਆਰੇ ਦੀ ਸੇਵਾ ਸਾਡੇ ਕੋਲ ਹੈਗੀ ਹੈ ਅੱਛਾ ਜੀ ਉਹ ਨਗਰ ਕੀਰਤਨ ਨਿਕਲਦੇ ਆ ਸਾਡੇ ਏਰੀਆ 'ਚ ਮੋਤੀ ਨਗਰ ਗੁਰਦੁਆਰੇ ਉੱਥੇ ਜੀ 5 ਪਿਆਰੇ ਦੀ ਸੇਵਾ ਅੰਦਰ ਅਸੀਂ ਭਾਗ ਲੈਂਦੇ ਹਾਂ ਔਰ ਆਪਣੇ ਬੱਚਿਆਂ ਨੂੰ ਗੱਤਕਿਆਂ ਦਾ ਭਾਗ ਦਿਵਾਉਂਦੇ ਹਾਂ ਆਪਣੀ ਬਿੱਟੀਆਂ ਨੂੰ ਸਕੂਲ ਵੱਲੋਂ ਗੁਰਦਾਨ ਪਬਲਿਕ ਸਕੂਲ ਵੱਲੋਂ ਛੋਟੀ ਬੀਬੀ अच्छा जी असं इस जगह के स्थान से 13 साल मेरे विआह हुआ जी 13 साल तो आ रहे लगातार अच्छा जी मैं शहीदा के पुरब से साहबजादों को नतमस्तक हो 13 साल तो आ रहे माता जी जिदा तुम बच्चे शिक्षा दे रहे हो तो कई बार इदा गल् कर लग जाते मापे सोच लग जाते कई मापे कि जेकर साडा बच्चा ये सारिया चीज़ा नहीं सीखेगा तो वो पिछड़ जाऊगा वो पिछे रह जाऊगा अजकल तो स्कूलों के भी डांस क्लासिस लगन लग गई है ना तो उत्थे जो स्कूल भी लगदी है मैं अर्शदीप नूं पुछदा स्कूल भी लगदी है तुहाडे डांस क्लासिस तुसीं नहीं करदे अच्छा और सारे बच्चे डांस करते होंगे तो तुसीं गत्तका खेडदे होंगे हो अच्छा जी भैन जी हो रहा शायद थोनों भी यह आया होना है ना थोड़े एक्सपीरियंस के मैं बहुत सारे स्कूलों में वेख्या स्पैशल क्लासिस लगदी हैं हुण जदों करोना दे विच बल्कि जदों स्कूल बंद हो गई सी ऑफलाइन क्लासिस ऑनलाइन क्लासिस लगदी सी तो परसनली नहीं जाना पैंदा सी बच्चों स्कूल तो स्पैशल एक क्लास लगती सी मैं खुद वेख्या तो उत्थे टीचर जी दसदी सी भी तुसीं ए स्टैप करो इदा स्टैप करो कि इस चीज़ को किदां वेखदे हो असी अपने धर्म के अंदर जी इस चीज़ को इन्ना बढ़ावा नहीं दिता गया है असीं चाहते हैं कि साडे बच्चे सिक्खी नाल जुड़न सिख कौम नाल जुड़न पाठ करन ते अपना वो सिक्खी वाला जीवन बतीत करन और बच्चे कॉम्पीटिशन डांस अंदर भाग लेंगे फिर बच्चे दिमाग उस तरह चलने जाता असं कहें कि तुम गत्का सीखो कीर्तन सीखो तबला सीखो हारमोनीयम सीखो गायन करो परमात्मा का हाँ जी ठीक है जी माता जी तुम की कहना चाहोगे थोड़ा की लगता कई बार स्कूल असं वेखते हैं भी इदा की क्लासिस लगती हैं डांस क्लासिस होर बहुत सारिया इस तरह कि मैं ये वैसे आके दसदा मम्मी ये क्लास हो रही है मैनू अरे कॉम्पीटिशन है तो मैं इसनों उस चीज़ बारे सोचना वो नहीं करती भी तू सिर्फ अपनी पढ़ाई पर ध्यान दे क्योंकि ना साढ़े को इन्ना फालतू पैसा हैगा कि असी वो चीज़ा इन्हों लैके दईए वो कॉम्पीटिशन करवाइए अच्छा मेरा आखिरी सवाल है जी जिदा हमने हमने पूछ के हटे थे थोनों नहीं लगता भी कई जिदा मापे कहें भी जे साडा बच्चा फलानी चीज़ नहीं सीखेगा तो दुनिया का मुकाबला किदा करूगा किदा तुसीं लैंदे हो इस पक्ष नूं मैनू इस तरह कि भी बच्चा जे साडी सिक्खी बारे ज़्यादा सीखेगा ना उस लई मैनू सब तो ज़्यादा वधिया बाकी चीज़ों लई मैनू अच्छा नहीं लगता है कुछ मैनू कुछ भी आप नूं भी अच्छा लगता तो बच्चे नूं भी तो अच्छा लगेगा गत्के तो आंदा है ना तो उस तरह के मतलब कि जिस तरह उसको सिखाया जाता है सिर्फ सारा दिन उस तरह ही करता रहता अच्छा जी हाँ जी अगले दिन तक रिपीट करते रहना है चाहे इतनी जगह हो चाहे नहीं जगह मिलती है बस उस तरह ही करता रहता है बहुत बहुत धन्यवाद सो जिदा आखिर यही कहांगा जी जो ये मापे होंगे जो गुरबाणी जोड़ते हैं तो फिर जी बांह है बच्चे की वह मापियां नूं फड़न की लोड़ नहीं पैंदी उहदी बांह फिर गुरु साहब आप फड़दे उहदे सिर दे उत्ते मेहर दा हथ गुरु साहब आप रखदे आ सो बहुत बहुत चढ़दी कला ते अरदास ते बहुत बहुत सत्कार जी सारी फैमिली नूं वाहिगुरू जी का खालसा वाहिगुरू जी की फतह।